नमस्कार दोस्तों, मैं हरकेश पुंज ते अज अपने नाल मुलाकात कर रहे ने कांग्रेस दे टकसाली आगू सरदार जगतार सिंह धनौला जी। धनौला जी, तुहाडा बहुत बहुत स्वागत है। धनौला जी, की तुहानू लगता है पिछले 3 साल तो पंजाब दे विच कांग्रेस की सरकार है, कैप्टन मुख्यमंत्री कैप्टन अमरिंदर सिंह जी की सरकार है, की तुहानू लगता है कि पंजाब दे लोग कैप्टन साहब तो संतुष्ट ने? देखो, गल ये है जी, जिस टाइम कैप्टन साहब ने बैंगलोर संभाली है और बड़ा सिस्टम खराब होया पाया सी, और अकाली दल ने और कचुंबर कट के रखा हुआ सी जी, कैप्टन साहब ने समा लग्या जी, समा लग्या उन्होंने अपने फिर सिस्टम नू अपना तैयार किया और उन्होंने भी टीम ने तैयार किया, पर जिहड़ा ये समा इन्ना बड़ा 10 साल का गैप सीगा जी, वो बहुत बड़ा गैप सीगा जी जी, पर जिहदे लई देखो 10 सालों दे विच जी अकाली दल ने पंजाब नू कंगाल करके रखता सीगा जी, पर जिहदे विच 10 सालों का गैप जी, देखो 3 सालों तक निकल नहीं सका सकता जी, हूँ टाइम तो लगना सीगा जी, पर वो जो मगरला गैप आ 10 सालों का जी, इन्ना शुक्र पंजाब की किस्मत चंगी जी, कैप्टन अमरिंदर सिंह जी ने अपनी सोच के मुताबिक जी 10 सालों का गैप जी, देखो 3 सालों के विच नेड़े लाया जी। हुण जिहड़ी गल है वर्कर की संतुष्टि की, वर्कर की संतुष्टि तो हूँ ठीक है, भी जिहड़ियां कैप्टन साहब को भी गल्लां गई, लोगों ने रौला पाया, साढ़े MLA जी ने भी रौला पाया जी, पर वो कितने कितने घाट सी, कैप्टन साहब कितने बिजी सी जी, पर उहदे विच कैप्टन साहब ने आके सारा देखा, जदों जायजा लिया भी कितने मेरे MLA कितने मेरे मंत्री कितने उन्होंने की तकलीफ है, उन्होंने फिर फौरी तौर पर आदेश दिते ने भी मेरा कोई MLA मेरा मंत्री कोई लांभा आ गया किसी अफसर का, वो अफसर जी अपनी अगे तीन विचार के चलन जी, पर कल अज उन्होंने वार्निंग दी है अफसर जी भी जिहड़ा अफसर अपनी मनमर्जी करता है, ज मेरे MLA मेरे वर्कर की मेरे सरपंच की पंच की गल नहीं सुनता जी, तो उन्होंने यह जहाँ टंगांगा भी जिहड़ा याद रखेगा। ਤੁਹਾਡਾ ਕਹਿਣ ਦਾ ਮਤਲਬ ਇਹ ਹੈ ਕਿ ਹੁਣ ਉਹ ਸਮਾਂ ਆ ਗਿਆ ਕਿ ਜਿਹੜੇ ਕਾਂਗਰਸੀ ਆਗੂ ਜਾਂ ਕਾਂਗਰਸੀ ਵਰਕਰ ਹੁਣ ਤੱਕ ਸ਼ਿਕਾਇਤਾਂ ਕਰਦੇ ਸੀ ਵੀ ਸਾਡੀ ਸੁਣੀ ਨਹੀਂ ਜਾਂਦੀ ਥਾਣਿਆਂ ਦੇ ਵਿੱਚ ਕਚਹਿਰੀਆਂ ਦੇ ਵਿੱਚ, ਸਾਡੀ ਕੋਈ ਸੁਣਵਾਈ ਨਹੀਂ ਹੈ ਸਰਕਾਰੀ ਦਰਬਾਰੇ, ਸਾਡੀ ਕੋਈ ਸੁਣਵਾਈ ਨਹੀਂ ਹੈ, ਕਿ ਉਹਨਾਂ ਦੀ ਹੁਣ ਸੁਣਵਾਈ ਹੋਣ ਲੱਗ ਜੂਗੀ? ਦੇਖੋ ਜੀ, ਗੱਲ ਇਹ ਹੈ ਵੀ ਹੁਣ ਉਹਨਾਂ ਦੀ ਸਾਡੇ ਵਰਕਰਾਂ ਦੀ ਸੁਣਵਾਈ ਹੋਊਗੀ ਜੀ, ਪਰ ਕੈਪਟਨ ਸਾਹਿਬ ਨੇ ਇੱਕ ਇਮਾਨਦਾਰੀ ਅਤੇ ਅਫਸਰਾਂ 'ਤੇ ਵਾਂਗੂ ਸਿੱਟੀ ਸੀ ਜੀ ਵੀ ਪੰਜਾਬ ਨੂੰ ਖੁਸ਼ਹਾਲ ਲੈ ਕੇ ਚੱਲਣ ਜੀ, ਪਰ ਅੱਜ ਕੈਪਟਨ ਸਾਹਿਬ ਨੂੰ ਜਦੋਂ ਦੱਸਾਂਗੇ ਤਾਂ ਹੀ ਪਤਾ ਲੱਗੂਗਾ ਜੀ, ਪਰ ਕੈਪਟਨ ਸਾਹਿਬ ਅੱਜ ਬੜੇ ਧਿਆਨ ਨਾਲ ਜੀ ਉਹਨਾਂ ਦਾ ਧਿਆਨ ਆ ਮੂਹਰਲੀ ਸਰਕਾਰ ਲਿਆਉਣ ਦਾ ਜੀ, ਮੂਹਰਲੀ ਸਰਕਾਰ ਵੀ ਕਾਂਗਰਸ ਦੀ ਆਊਗੀ ਜੀ ਔਰ ਕੈਪਟਨ ਦੇ ਰਹਿਮ ਨਾਲ ਹੀ ਆਊਗੀ ਜੀ, ਪਰ ਜਿਹੜੇ ਸਾਡੇ MLA ਦੇ ਵੀ ਗੁੱਸਾ ਠੀਕ ਹੈ, ਉਹਨਾਂ ਦਾ ਜਾਇਜ਼ ਸੀਗਾ ਕਿਉਂਕਿ ਪੁੱਤ ਨੇ ਬਾਪ ਨੂੰ ਗੁੱਸਾ ਕਰਨਾ ਹੁੰਦਾ ਜੀ, ਜੇ ਬਾਪ ਹੀ ਨਹੀਂ ਸੁਣਦਾ ਫਿਰ ਕੀ ਗੱਲ ਹੈ, ਪਰ ਅੱਜ ਸਾਡੇ MLA ਸਾਡੇ ਮੰਤਰੀ ਜੋ ਵੀ ਸਾਡੇ ਨਿਰਾਸ਼ ਸੀਗੇ ਚੱਲ ਰਹੇ ਸੀਗੇ, ਅੱਜ ਉਹਨਾਂ ਨੂੰ ਪੂਰੀ ਤਰ੍ਹਾਂ ਨਾਲ ਧਿਆਨ ਦੇ ਵਿੱਚ ਲਿਆ ਕੇ ਅਫਸਰਾਂ ਨੂੰ ਸਾਡੇ ਕੈਪਟਨ ਅਮਰਿੰਦਰ ਸਿੰਘ ਜੀ ਨੇ ਮੁੱਖ ਮੰਤਰੀ ਸਾਹਿਬ ਨੇ ਪੂਰਾ ਸਿਕੰਜਾ ਕੱਸਤਾ ਅਟੋਡੀ ਮਹਿਕਮੇ ਦੇ ਵਿੱਚ ਅਟੋਡੀ ਦਫ਼ਤਰਾਂ ਦੇ ਵਿੱਚ ਵੀ ਅੱਜ ਤੋਂ ਬਾਅਦ ਜੀ ਕੋਈ ਮੇਰਾ ਵਰਕਰ ਦਾ ਕੋਈ ਮੇਰੇ MLA ਦਾ ਕੋਈ ਮੈਨੂੰ ਸ਼ਿਕਾਇਤ ਆ ਗਈ ਜੀ, ਉਹ ਅਫਸਰ ਆਪਣੀ ਪੜ੍ਹੀ ਆਪਣੇ ਵਿਚਾਰ ਲੈਣ, ਕਿਉਂਕਿ ਅੱਜ ਤੱਕ ਤਾਂ ਧਨੌਲਾ ਸਾਹਿਬ ਇੱਦਾਂ ਹੀ ਲੱਗ ਰਿਹਾ ਸੀ ਕਿ ਜਿਵੇਂ ਸਰਕਾਰ ਕਾਂਗਰਸ ਦੀ ਨਾ ਹੋਵੇ ਅਕਾਲੀਆਂ ਦੀ ਹੀ ਹੋਵੇ, ਕਿਉਂਕਿ ਕਾਂਗਰਸੀ ਵਰਕਰਾਂ ਨੂੰ ਇਹ ਲੱਗਦਾ ਸੀ ਵੀ ਅਕਾਲੀਆਂ ਦੀ ਜ਼ਿਆਦਾ ਸੁਣੀ ਜਾਂਦੀ ਹੈ ਅਤੇ ਕਾਂਗਰਸੀਆਂ ਦੀ ਘੱਟ ਸੁਣੀ ਜਾਂਦੀ। ਦੇਖੋ ਜੀ, ਇਹ ਤਾਂ ਗੱਲਾਂ ਹੈਗੀਆਂ ਨੇ, ਅਸੀਂ ਮੰਨ ਰਹੇ ਹਾਂ ਜੀ ਵੀ 10 ਸਾਲ ਦਾ ਗੈਪ ਬਹੁਤ ਵੱਡੀ ਗੱਲ ਹੈ ਜੀ, ਕਿਉਂ ਦੇਖੋ 10 ਸਾਲ ਦੇ ਵਿੱਚ ਜਿੰਨੇ ਟੋਏ ਪੱਟੇ ਨੇ ਜੀ ਉਹ ਹੌਲੀ ਹੌਲੀ ਬੰਦ ਹੋਣਗੇ, ਇਹ ਇਕੱਲਾ ਕੈਪਟਨ ਸਾਹਿਬ ਦਾ ਕੰਮ ਨਹੀਂ, ਸਾਡਾ ਵੀ ਕੰਮ ਹੈ ਜੀ, ਉਹਨਾਂ ਦਾ ਸਹਿਯੋਗ ਦੇਈਏ ਜੀ ਅਤੇ ਪੰਜਾਬ ਨੂੰ ਖੁਸ਼ਹਾਲ ਰੱਖੀਏ, ਉਹਨਾਂ ਲੀਹਾਂ ਦੇ ਉੱਤੇ ਵਰਕਰਾਂ ਨੂੰ ਫਿਰ ਲੈ ਕੇ ਆਈਏ ਜੀ, ਜਿਹੜੇ ਵਰਕਰਾਂ ਦੇ ਸਾਡੇ ਹੌਸਲੇ ਢੇਰ ਢੇਰੀ ਹੋ ਗਏ ਸੀਗੇ, ਉਹਦੇ ਵਿੱਚ ਸਾਡੇ ਵਰਕਰਾਂ ਨੂੰ ਵੀ ਚਾਹੀਦਾ ਜੀ ਵੀ ਸਰਕਾਰ ਸਾਡੀ ਹੈ, ਉਹਨੂੰ ਜਿੱਥੇ ਵੀ ਹੈਗਾ ਸਾਡੇ ਕੈਪਟਨ ਸਾਹਿਬ ਦੇ ਧਿਆਨ 'ਚ ਲਿਆਉਣਾ ਚਾਹੀਦਾ, ਅਗਰ ਜੇ ਉਹਨਾਂ ਨੂੰ ਪਤਾ ਹੀ ਨਹੀਂ ਜੀ ਤਾਂ ਫਿਰ ਇੱਥੇ ਕੈਪਟਨ ਸਾਹਿਬ ਕੀ ਕਰ ਸਕਦੇ? ਦੇਖੋ ਹੁਣ ਸਾਡਾ ਮਗਲੇ ਕੁਛ ਦਿਨਾਂ ਦੇ ਵਿੱਚ ਪਟਿਆਲੇ ਤੋਂ ਸ਼ਿਕਾਇਤ ਕੀਤੀ, ਸਾਡੇ ਹੋਰ MLA ਨੇ ਸ਼ਿਕਾਇਤ ਕੀਤੀ, ਅਗਰ ਜੇ ਅਸੀਂ ਮੁੱਖ ਮੰਤਰੀ ਸਾਹਿਬ ਨੂੰ ਦੱਸਾਂਗੇ ਉਹ ਫਿਰ ਹੀ ਸ਼ਿਕਾਇਤ ਦੂਰ ਹੋ ਗਈ, ਉਹ ਸ਼ਿਕਾਇਤਾਂ ਦੂਰ ਹੋ ਗਈਆਂ ਨੇ। ਹੁਣ ਜਿਹੜਾ ਕੰਮ ਹੈ ਕੈਪਟਨ ਸਾਹਿਬ ਵਰਕਰ ਨੂੰ ਉਹਨਾਂ ਨੇ ਸੰਦੇਸ਼ ਦਿੱਤੇ ਨੇ ਜੀ ਥਾਣਿਆਂ ਨੂੰ ਔਰ ਦਫ਼ਤਰਾਂ ਨੂੰ ਵੀ ਜੇ ਕਾਂਗਰਸ ਵਰਕਰ ਦੀ ਨਾ ਗੱਲ ਸੁਣੀ ਗਈ ਜੀ ਤਾਂ ਉਹ ਅਫਸਰ ਆਪਣੀ ਪੜ੍ਹੀ ਵਿਚਾਰ ਲੈਣ ਜੀ। ਧਨੌਲਾ ਸਾਹਿਬ, ਆਪਣੇ ਜਿਹੜੇ ਸੰਗਰੂਰ ਨੂੰ ਇੱਕ ਬੜਾ ਮਾਣ ਮਿਲਿਆ, ਕਾਂਗਰਸ ਹਾਈਕਮਾਂਡ ਨੇ ਇੱਕ ਬੜਾ ਮਾਣ ਦਿੱਤਾ ਜ਼ਿਲ੍ਹੇ ਸੰਗਰੂਰ ਨੂੰ, ਜ਼ਿਲ੍ਹੇ ਸੰਗਰੂਰ ਤੋਂ ਕਾਂਗਰਸ ਦੇ ਲੀਡਰ ਸ਼੍ਰੀ ਵਿਜਿੰਦਰ ਸਿੰਘ ਲਾਈ ਨੂੰ ਕੁੱਲ ਹਿੰਦ ਕਾਂਗਰਸ ਦਾ ਜਨਰਲ ਸੈਕਟਰੀ ਬਣਾਇਆ ਗਿਆ, ਇਹਨੂੰ ਤੁਸੀਂ ਕਿਸ ਨਜ਼ਰ ਨਾਲ ਦੇਖਦੇ ਹੋ?
ਦੇਖੋ ਜੀ, ਅਸੀਂ ਤਾਂ ਹਾਈ ਕਮਾਨ ਦਾ ਜੀ ਸ਼੍ਰੀਮਤੀ ਸੋਨੀਆ ਗਾਂਧੀ ਜੀ ਦਾ, ਰਾਹੁਲ ਗਾਂਧੀ ਜੀ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜੀ, ਜਿਨ੍ਹਾਂ ਨੇ ਇੱਕ ਸਾਨੂੰ ਇਹੋ ਜਿਹਾ ਵਧੀਆ ਲੀਡਰ ਜੀ, ਬੇਦਾਗ ਪੜ੍ਹਿਆ ਲਿਖਿਆ ਜੀ ਔਰ ਨੌਜਵਾਨ ਨੇਤਾ ਔਰ ਯੂਥ ਲਈ ਜੀ ਜਿਹੜਾ ਬਾਂਹ ਫੜ ਕੇ ਅੱਗੇ ਚੱਲਦਾ ਜੀ, ਪਰ ਮੈਨੂੰ ਬੜਾ ਮਾਣ ਹੈ ਸਿੰਗਲਾ ਸਾਹਿਬ 'ਤੇ, ਪਰ ਉਹਨਾਂ ਨੇ ਯੂਥ ਕਾਂਗਰਸ ਦੇ ਵਿੱਚ ਕੰਮ ਕੀਤਾ ਜੀ, ਪਰ ਉਹਨਾਂ ਨੂੰ ਪਤਾ ਹੈ ਵਰਕਰ ਦੀ ਤਕਲੀਫ ਕੀ ਹੈ ਜੀ। ਅੱਜ ਸਿੰਗਲਾ ਸਾਹਿਬ ਮੈਨੂੰ ਇੱਕ ਮਾਣ ਹੈ ਵੀ ਵਰਕਰ ਦਾ ਚਿਹਰਾ ਦੇਖ ਕੇ ਗੱਲ ਦੱਸ ਸਕਦੇ ਨੇ ਜੀ ਵੀ ਵਰਕਰ ਨੂੰ ਕੀ ਤਕਲੀਫ ਹੈ ਜੀ। ਪਰ ਜਿਹਦੇ ਵਿੱਚ ਕਿ ਇਹੀ ਅਸੀਂ ਆਸ ਸ਼੍ਰੀਮਤੀ ਸੋਨੀਆ ਗਾਂਧੀ ਤੋਂ ਅਤੇ ਰਾਹੁਲ ਗਾਂਧੀ ਜੀ ਤੋਂ ਅਸੀਂ ਉਹਨਾਂ ਨੂੰ ਬਹੁਤ ਬਹੁਤ ਵਧਾਈ ਦਿੰਦੇ ਹਾਂ ਜਿਨ੍ਹਾਂ ਨੇ ਸਾਡੇ ਸੰਗਰੂਰ ਨੂੰ ਐਡਾ ਵੱਡਾ ਮਾਣ ਬਖਸ਼ਿਆ। ਪਰ ਸਾਡੇ ਨੌਜਵਾਨਾਂ ਲਈ, ਅਸੀਂ ਵੀ ਯੂਥ ਦੇ ਵਿੱਚ ਕਾਫੀ ਟਾਈਮ ਕੰਮ ਕੀਤਾ, ਪਰ ਮੈਂ ਜਿਹੜੇ ਯੂਥ ਮੂਹਰੇ ਆ ਰਿਹਾ ਉਹਦੇ ਲਈ ਇੱਕ ਬਹੁਤ ਸੁਨਹਿਰੀ ਮੌਕਾ ਵੀ ਜਿਹੜਾ ਇਹਨਾਂ ਨੂੰ ਵਿਜੇਂਦਰ ਸਿੰਗਲਾ ਜੀ ਨੂੰ ਆਲ ਇੰਡੀਆ ਕਮੇਟੀ ਦਾ ਜਨਰਲ ਸੈਕਟਰੀ ਬਣਾ ਕੇ ਔਰ ਖਜ਼ਾਨਚੀ ਦੀ ਚਾਬੀ ਦਿੱਤੀ ਹੈ, ਸਾਡੇ ਜ਼ਿਲ੍ਹਾ ਸੰਗਰੂਰ ਦਾ ਇੱਕ ਬਹੁਤ ਵੱਡਾ ਮਾਣ ਹੈ ਜੀ। ਧਰਨੌਲਾ ਸਾਹਿਬ, ਕੇਂਦਰ ਸਰਕਾਰ ਨੇ ਇੱਕ NRC ਬਿੱਲ ਪਾਸ ਕੀਤਾ, ਤੁਸੀਂ ਉਸ ਬਿੱਲ ਨੂੰ ਕਿਸ ਨਜ਼ਰ ਨਾਲ ਦੇਖਦੇ ਹੋ? ਜਿਹੜਾ ਉਹ ਬਿੱਲ ਪਾਸ ਕੀਤਾ ਜੀ ਕੇਂਦਰ ਸਰਕਾਰ ਨੇ, ਇਹ ਤਾਂ ਉਹਦੇ ਵਿਰੋਧ ਦੇ ਵਿੱਚ ਹੀ ਜੀ, ਪਰ ਇਹ ਨਹੀਂ ਚਾਹੀਦਾ ਸੀਗਾ ਕਿਸੇ ਨੂੰ ਅਲੱਗ ਕਰਨਾ। ਅੱਜ ਜੋ ਵੀ ਸਾਡੀ ਭਾਈਚਾਰਾ ਸਾਂਝ ਬਣੀ ਹੈ ਜੀ, ਅੱਜ ਅਸੀਂ ਸਾਡੇ ਇੱਕ ਬਹੁਤ ਵੱਡਾ ਗੁਰਦੁਆਰਿਆਂ ਦੇ ਵਿੱਚ ਅਸੀਂ ਜਦੋਂ ਇਹਨਾਂ ਦੇ ਰੋਜੇ ਅਸੀਂ ਬਿਠਾ ਕੇ ਇਹਨਾਂ ਨੂੰ ਰੋਜੇ ਖਿਲਾਉਂਦੇ ਹਾਂ, ਸਾਡਾ ਸਿੱਖ ਭਾਈਚਾਰੇ ਦਾ ਇੱਕ ਬਹੁਤ ਵੱਡਾ ਉਹਦੇ ਵਿੱਚ ਮਾਣ ਵਾਲੀ ਗੱਲ ਹੈ। ਮਾਗਲੇ ਦਿਨਾਂ ਦੇ ਵਿੱਚ ਮੈਂ ਵੀ ਸਾਡੇ ਗੁਰਦੁਆਰਾ ਰਾਮਸਰ ਸਿੱਖ ਆਪਣੇ ਮੁਸਲਿਮ ਭਾਈਚਾਰੇ ਨੂੰ ਬੁਲਾ ਕੇ ਬਕਾਇਦਾ ਸਾਡੀ ਕਮੇਟੀ ਨੇ, ਗੁਰਦੁਆਰਾ ਕਮੇਟੀ ਨੇ ਉਹਨਾਂ ਦੇ ਰੋਜੇ ਖਿਲਾਏ ਨੇ ਜੀ। ਪਰ ਅਸੀਂ ਨਹੀਂ ਕਹਿੰਦੇ ਵੀ ਸਾਥੋਂ ਦੂਰ ਹੋਣ, ਸਾਡੀ ਇੱਕ ਭਾਈਚਾਰਕ ਸਾਂਝ ਬਣੀ ਪਈ ਹੈ, ਉਹ ਸਾਂਝ ਨੂੰ ਅਸੀਂ ਇੱਦਾਂ ਹੀ ਅੱਗੇ ਬੁਲੰਦ ਰੱਖਣਾ ਚਾਹੁੰਦੇ ਹਾਂ। ਅਗਰ ਜੇ ਕੋਈ ਨਾਲ ਧੱਕਾ ਹੋਇਆ ਵੀ ਤਾਂ ਅਸੀਂ ਵਿਰੋਧ ਕਰਾਂਗੇ। ਦੋਸਤੋ, ਇਹ ਸਨ ਸਰਦਾਰ ਜਗਤਾਰ ਸਿੰਘ ਧਨੌਲਾ ਜੀ, ਜਿਨ੍ਹਾਂ ਨਾਲ ਆਪਾਂ ਗੱਲਬਾਤ ਕਰ ਰਹੇ ਸੀ। ਆਪਾਂ ਮੁਲਾਕਾਤ ਕਰਾਂਗੇ ਫਿਰ ਇੱਕ ਹੋਰ ਨਵੀਂ ਸ਼ਖਸੀਅਤ ਨਾਲ। ਹੁਣ ਇਜਾਜ਼ਤ ਦਿਓ, ਨਮਸਕਾਰ। ਇੰਡੀਆ ਕ੍ਰਾਈਮ ਨਿਊਜ਼। ਜ਼ੁਲਮ ਕੇ